ਹੈਲੋ ਸਟੂਡੈਂਟਸ ਹੁਣ ਆਪਣਾ ਸੈਪਟੈਂਬਰ ਤੋਂ ਡਿਸੰਬਰ ਮੰਥ ਵਾਲੀ ਸੀਰੀਜ਼ ਦੇ ਵਿੱਚ ਮੈਂ ਤੁਹਾਡੇ ਲਈ ਸੈਕਿੰਡ ਕਿਊ ਕਾਰ ਲੈ ਕੇ ਆਈਆਂ ਜਿਸ ਦੀ ਸਟੇਟਮੈਂਟ ਹੈ ਆਪਣੇ ਕੋਲੇ ਡਿਸਕਰਾਇਵ ਅ ਪਰਸਨ ਹੂ ਲਾਈਕਸ ਟੂ ਰੀਡ ਅ ਲੋਟ ਕਹਿੰਦੇ ਉਸ ਪਰਸਨ ਬਾਰੇ ਦੱਸੋ ਜੋ ਕਿ ਇਹ ਪਸੰਦ ਕਰਦਾ ਹੈ ਬਹੁਤ ਹੀ ਜ਼ਿਆਦਾ ਪੜ੍ਹਨਾ ਹੁਣ ਇਸ ਦੇ ਕਿਊਸ ਹਨ ਹੂ ਥਿਸ ਪਰਸਨ ਇਜ਼ ਅ ਪਰਸਨ ਕੌਣ ਹੈ ਹਾਊ ਯੂ ਨਿਊ ਹਿਮ ਹਰ ਤੁਸੀਂ ਇਹਨੂੰ ਕਿੱਦਾਂ ਜਾਣਦੇ ਹੋ ਵਟ ਹੀ ਸ਼ੀ ਲਾਈਕਸ ਟੂ ਰੀਡ ਇਹ ਕੀ ਪੜਨਾ ਪਸੰਦ ਕਰਦੇ ਆ ਐਂਡ ਐਕਸਪਲੇਨ ਵਾਈ ਯੂ ਥਿੰਕ ਹੀ ਸ਼ੀ ਲਾਈਕਸ ਟੂ ਰੀਡ ਅ ਲੋਟ ਅਤੇ ਤੁਸੀਂ ਕਿਉਂ ਸੋਚਦੇ ਹੋ ਵੀ ਇਹ ਜਿਆਦਾ ਪੜਨਾ ਪਸੰਦ ਕਰਦੇ ਆ ਆਪਣਾ ਜੀ ਕਯੂ ਕਾਰਡ ਤੇ ਮੂਵ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਜੇਕਰ ਤੁਸੀਂ ਵੀ ਮੇਰਾ ਬੇਸਿਕ ਤੇ ਐਡਵਾਂਸ ਇੰਗਲਿਸ਼ ਦਾ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਤੇ ਇਹ ਕੋਰਸ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ ਨਾ ਕਿਉਂਕਿ ਇਸ ਕੋਰਸ ਦੇ ਵਿੱਚ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਨੀਆਂ ਸਾਰੀਆਂ ਸੈਂਟੈਂਸ ਫਾਰਮੇਸ਼ਨਸ ਤੁਹਾਨੂੰ ਆਜ਼ ਰੀਡਿੰਗ ਦੇ ਵਿੱਚ ਦਾ ਵੇਖਣ ਨੂੰ ਮਿਲਣਗੇ ਹੀ ਮਿਲਣਗੇ ਸਗੋਂ ਤੁਸੀਂ ਉਹਨਾਂ ਸੈਂਟੈਂਸ ਫਾਰਮੇਸ਼ਨਸ ਨੂੰ ਆਪਣਾ स्पीकिंग थे राइटिंग ਦੇ ਵਿੱਚ ਵੀ ਯੂਜ਼ ਕਰ ਪਾਉਗੇ ਜਿਸ ਦੀ ਹੈਲਪ ਨਾਲ ਤੁਸੀਂ ਕੀ ਹੈ इजीली 7+ ਬੈਂਡ ਸਕੋਰ ਕੀ ਹੈ ਗੈਟ ਕਰ ਲੋਗੇ ਤੇ ਹੋ ਸਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਜਰੂਰ ਰੱਖਿਓ ਕਿਉਂ ਤੇ ਤੇ ਕੰਟੈਂਟ ਨੂੰ ਪੂਰਾ ਵਾਚ ਕਰਿਆ ਕਰੋ ਕਿਉਂਕਿ ਮੇਰੇ ਚੈਨਲ ਦੇ ਉੱਤੇ ਮੈਂ ਕੀ ਫਿਕਸ ਚੀਜ਼ਾਂ ਪ੍ਰੋਵਾਈਡ ਕਰਦੀਆਂ ਫਿਕਸ ਸਟਰਕਚਰਸ ਪ੍ਰੋਵਾਈਡ ਕਰਦੀਆਂ ਜੋ ਕਿ ਇਹ ਮੇਰੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਤੇ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਨੇ 7+ ਬੈਂਡ ਸਕੋਰ ਗੈਟ ਕਰਨ ਦੇ ਲਈ ਸੋ ਇਹਨਾਂ ਚੀਜ਼ਾਂ ਨੂੰ ਗੈਟ ਕਰਨ ਦੇ ਲਈ ਆਪਣਾ ਚੈਨਲ ਨਾਲ ਜੁੜੇ ਰਹੋ ਜੀ ਚਲੋ ਜੀ ਹੁਣ ਆਪਾਂ ਮੂਵ ਕਰਦੇ ਆ ਆਪਣੇ ਕਿਊ ਕਾਰਡ ਦੇਤੇ ਸਭ ਤੋਂ ਪਹਿਲਾਂ ਮੈਂ ਜਰਨਲ ਲਾਈਨਸ ਦੇਖੋ ਜੀ ਮੈਂ ਟੋਪਿਕ ਵਾਈਜ਼ ਕੀ ਤਿਆਰ ਕੀਤੀ ਹੋਈਆਂ ਨੇਗੀਆਂ ਜਿਵੇਂ ਕਿ ਜਿੱਦਾਂ ਦਾ ਟੋਪਿਕ ਹੁੰਦਾ ਮੈਂ ਵੈਰਾਈਟੀ ਦਿਖਾਈ ਹੋਈ ਆ ਤੁਸੀਂ ਜਾ ਕੇ ਟੋਪਿਕ ਵਾਈਜ਼ ਸਾਰੇ ਉਹ ਚੀਜ਼ਾਂ ਦੇ ਕੀ ਹੈ ਤੁਸੀਂ ਆਪਣੀਆਂ ਜਰਨਲ ਲਾਈਨਸ ਗੈਟ ਕਰ ਸਕਦੇ ਹੋ ਮੈਂ ਇੱਕ ਪਲੇਲਿਸਟ ਤਿਆਰ ਕੀਤੀ ਹੋਈ ਹੈ ਤੁਸੀਂ ਉੱਥੋਂ ਜਾ ਕੇ ਵੀ ਨੌਲੇਜ ਨਾਲ ਰਿਲੇਟਡ ਆਪਾਂ ਕਿਦਾਂ ਜਰਨਲ ਲਾਈਨ ਕ੍ਰੀਏਟ ਕਰ ਸਕਦੇ ਹਾਂ ਟਰੈਵਲਿੰਗ ਨਾਲ ਰਿਲੇਟਡ ਕਿਦਾਂ ਕਰ ਸਕਦੇ ਹਾਂ ਪਰਸਨਲ ਨਾਲ ਰਿਲੇਟਡ ਕਿਦਾਂ ਕਰ ਸਕਦੇ ਆ ਪਰਸਨਲ ਨਾਲ ਰਿਲੇਟਡ ਮੈਂ ਕਾਫੀ ਵੇਪ ਪਏ ਹੋਏ ਨੇਗੇ ਜਾਂ ਭਾਰੀ ਕਿ ਚੀਜ਼ ਨਾਲ ਰਿਲੇਟਡ ਕਿ ਮੈਂ ਕਾਫੀ ਵੇਪ ਪਏ ਹੋਏ ਨੇ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਜੋ ਵੀ ਤੁਹਾਨੂੰ ਸਹੀ ਲੱਗਦੀ ਹੋਈ ਤੁਸੀਂ ਉਹਦਾ ਦੀ ਜਰਨਲ ਲਾਈਨਸ ਆਪਣੇ ਕਯੂ ਕਾਰਡ ਦੇ ਵਿੱਚ ਐਡ ਕਰ ਸਕਦੇ ਹੋਗੇ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਨੇਗੀਆਂ ਫਿਕਸਡ ਸਟਰਕਚਰਸ ਮੇਰੀਆਂ ਬਣਾ ਕੇ ਰੱਖੀਆਂ ਹੋਈਆਂ ਨੇ ਤੇ ਤੁਸੀਂ ਉਹ ਫਿਕਸ ਚੀਜ਼ਾਂ ਤੋਂ ਗੈਟ ਕਰ ਸਕਦੇ ਹੋ ਚਲੋ ਜੀ ਹੁਣ ਆਪਾਂ ਐਕਸਪਲੇਨ ਕਰਦੇ ਆ ਆਪਣੇ ਕਿਊ ਕਾਰਡ ਨੂੰ ਸੈਂਸ ਬੁక్స్ ਪਲੇ ਆ ਵਾਈਟਲ ਰੋਲ ਟੂ ਬ੍ਰਾਡਨ ਦਾ ਨੋਲੇਜ ਕਹਿੰਦੇ ਕਿਉਂਕਿ ਬੁక్స్ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦੇ ਆ ਨਾ ਗਿਆ ਆਪਣੇ ਨੋਲੇਜ ਨੂੰ ਬ੍ਰਾਡਨ ਕਰਨ ਦੇ ਲਈ ਨੋਲੇਜ ਨੂੰ ਵਧਾਉਣ ਦੇ ਲਈ ਕਾਮਾ ਮਤਲਬ ਤਾਂ ਕਰਕੇ ਇਟ ਹੈਜ਼ ਬੀਨ ਰੈਡ ਬਾਏ ਦਾ ਮੋਸਟ ਆਫ ਪੀਪਲ ਤਾਂ ਕਰਕੇ ਕੀ ਹੈ ਇਹ ਕੀ ਹੈ ਬਹੁਤ ਸਾਰੇ ਲੋਕਾਂ ਦੁਆਰਾ ਕੀ ਹੈ ਪੜੀਆਂ ਜਾਂਦੀਆਂ ਨੇ ਡਿਸਪਾਈਟ ਦਾ ਫੈਕਟ ਦੈਟ ਸਮ ਆਫ ਥੈਮ ਹੂਮ ਆਈ ਮੈਟ ਸੀਮ ਦੈਟ ਰੀਡਿੰਗ ਇਜ਼ ਕੁਆਇਟ ਬੋਰਿੰਗ ਫਾਰ ਥੈਮ ਕਹਿੰਦੇ ਕੁਝ ਭਾਵੇਂ ਕਿ ਕੁਝ ਇਸ ਤਾਦੇ باوجود ਕਿ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੂੰ ਮੈਂ ਮਿਲੀ ਸੀ ਉਹਨਾਂ ਨੂੰ ਕੀ ਲੱਗਦਾ ਸੀ ਜਿਹੜੀਆਂ ਰੀਡਿੰਗ ਬੁక్స్ ਰੀਡ ਕਰਨਾਗਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਬੋਰਿੰਗ ਕੰਮ ਹੈ ਕਾਮਾ ਮਤਲਬ ਬਟ ਦ ਮੈਜੋਰਟੀ ਗੇਨਡ ਅ ਅਬੰਡੰਟ ਨੋਲੇਜ ਬਾਏ ਰੀਡਿੰਗ ਪਲੇਥਾਰਾ ਆਫ ਬੁੱਕਸ ਪਰ ਕਹਿੰਦੇ ਜਿਹੜੇ ਜ਼ਿਆਦਾਤਰ ਲੋਕ ਸੀਗੇ ਉਹਨਾਂ ਨੇ ਕੀ ਹੈ ਬਹੁਤ ਜ਼ਿਆਦਾ ਨੌਲੇਜ ਕੀ ਹੈ ਗੇਨ ਕੀਤੀ ਹੈ ਕਿ ਬਹੁਤ ਸਾਰੀਆਂ ਬੁੱਕਸ ਨੂੰ ਕੀ ਹੈ ਪੜ੍ਹ ਕੇ ਦੋ ਮਤਲਬ ਹਾਲਾਂਕਿ ਨਾਉ ਹੁਣ ਲੈਟ ਮੀ ਸ਼ੇਅਰ ਲਾਈਟ ਰਿਗਾਰਡਿੰਗ ਥੈਟ ਪਰਸਨ ਹੂ ਲਾਈਕਸ ਟੂ ਰੀਡ ਅ ਲੋਟ ਐਂਡ ਸ਼ੀ ਇਜ਼ ਨਨ ਅਦਰ ਦੈਨ ਵਨ ਆਫ ਮਾਈ ਫਰੈਂਡਸ ਪੁਸ਼ਪਿੰਦਰ ਗੌਰ ਕਹਿੰਦੇ ਹਾਲਾਂਕਿ ਹੁਣ ਮੈਂ ਉਸ ਪਰਸਨ ਬਾਰੇ ਦੱਸਣ ਜਾ ਰਹੀ ਹਾਂ ਜੋ ਕੀ ਹੈ ਬਹੁਤ ਸਾਰੀਆਂ ਬੁੱਕਸ ਨੂੰ ਕੀ ਹੈ ਪੜਨਾ ਪਸੰਦ ਕਰਦੇ ਤੇ ਉਹ ਹੋਰ ਕੋਈ ਨਹੀਂ ਹੈ ਮੇਰੇ ਇੱਕ ਫਰੈਂਡ ਹੈ ਜਿਸ ਦਾ ਨਾਮ ਕੀ ਹੈ ਪੁਸ਼ਪਿੰਦਰ ਗੌਰ ਹੈ ਐਜ਼ ਆਈ ਹੈਵ ਆ ਬ੍ਰਾਈਟ ਮੈਮਰੀ ਆਫ ਥੈਟ ਟਾਈਮ ਵੈਨ ਆਈ ਵਾਸ ਇਨ ਗ੍ਰੈਜੂਏਸ਼ਨ ਮੈਂ ਕਹਾਂ ਵੀ ਜਿੱਦਾਂ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਕੀ ਹੈ ਗ੍ਰੈਜੂਏਸ਼ਨ ਦੇ ਵਿੱਚ ਸੀ ਐਟ ਥੈਟ ਟਾਈਮ ਆਈ ਮੈਟ ਹਰ ਵੈਰੀ ਫਰਸਟ ਟਾਈਮ ਐਜ਼ ਆ ਮਾਈ ਕਲਾਸਮੇਟ ਕਹਿੰਦੇ ਉਸ ਸਮੇਂ ਉਹਨਾਂ ਨੂੰ ਕੀ ਹੈ ਮੈਂ ਪਹਿਲੀ ਵਾਰ ਮਿਲੀ ਸੀ ਆਪਣੀ ਕਲਾਸਮੇਟ ਦੇ ਤੌਰ ਤੇ ਐਂਡ ਫਰਮ ਥੈਟ ਟਾਈਮ ਵੀ ਬੋਥ ਹੈਵ ਬਿਕਮ ਗੁੱਡ ਫਰੈਂਡਸ ਤੇ ਉਸ ਸਮੇਂ ਤੋਂ ਅਸੀਂ ਕੀ ਹੈ ਇੱਕ ਵਧੀਆ ਫਰੈਂਡਸ ਬਣ ਗਏ ਆ ਓਇੰਗ ਟੂ as i started devoting my time with her and observed that she generally spends her time in our college library in order to read books kende is karke mai ki apna samay ode nal vitona shuru kar ditta te mai us samay duran observe kita ki oh aamtaarte ki hai apna time spend karde ne ki sade college di library de vich kaare vaste books nu padan de layi ਸ਼ੀ ਯੂਜ਼ਲੀ ਰੀਡ ਮੋਟੀਵੇਸ਼ਨਲ ਬੁੱਕਸ ਉਹ ਕੀ ਹੈ ਅਕਸਰ ਕੀ ਹੈ ਰੀਡ ਕਰਦੇ ਆ ਮੋਟਿਵੇਸ਼ਨਲ ਵਾਲੀਆਂ ਬੁੱਕਸ ਨੂੰ ਈਵਨ ਵਨ ਡੇ ਇਥੋਂ ਤੱਕ ਕਿ ਸੀ ਸੈਡ ਟੂ ਮੀ ਉਸਨੇ ਮੈਨੂੰ ਕਿਹਾ ਬਬਲੀ ਇਫ ਯੂ ਵਾਂਟ ਟੂ ਚੇਂਜ ਯਰ ਲਾਈਫ ਇਨ ਅ ਪੋਜ਼ਿਟਿਵ ਵੇ ਉਹਨੇ ਮੈਨੂੰ ਕਿਹਾ ਕਿ ਬਬਲੀ ਜੇਕਰ ਤੁਸੀਂ ਆਪਣੀ ਲਾਈਫ ਨੂੰ ਪੋਜ਼ਿਟਿਵ ਵੇ ਦੇ ਨਾਲ ਚੇਂਜ ਕਰਨਾ ਚਾਹੁੰਦੇ ਹੋ ਯੂ ਸ਼ੁੱਡ ਰੀਡ ਸਮ ਬੁੱਕਸ ਲਾਈਕ ਦਾ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਦਾ ਮੈਜਿਕ ਬੁੱਕ ਦਾ ਪਾਵਰ ਆਫ ਨਾਓ ਥਿੰਕ ਐਂਡ ਗਰੋ ਰਿਚ ਐਂਡ ਮੈਨੀ ਮੋਰ ਤੇ ਉਸ ਸਮੇ ਉਹਨਾਂ ਨੇ ਮੈਨੂੰ ਕਿਹਾ ਵੀ ਬਬਲੀ ਜੇਕਰ ਤੁਸੀਂ ਆਪਣੀ ਲਾਈਫ ਨੂੰ ਪੋਜ਼ਿਟਿਵ ਵੇਅ ਨੇ ਨਾਲ ਚੇਂਜ ਕਰਨਾ ਚਾਹੁੰਦੇ ਆ ਤਾਂ ਤੁਸੀਂ ਕੀ ਹੈ ਇਹ ਕੁਝ ਬੁਕਸ ਨੇ ਗੀਆਂ ਜੋ ਉਹਨਾਂ ਨੇ ਮੈਨੂੰ ਰეკਮੈਂਡ ਕੀਤੀ ਸੀ ਕਹਿੰਦੇ ਤੁਸੀਂ ਇਹਨਾਂ ਬੁਕਸ ਨੂੰ ਪੜੋ ਉਹਨਾਂ ਦੇ ਨਾਮ ਲਿਖੇ ਨੇਗੇ ਜਿਵੇਂ ਦਾ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਨਾਮ ਦੀ ਬੁੱਕ ਹੈ ਦਾ ਮੈਜਿਕ ਬੁੱਕ ਹੋਗੀ ਦਾ ਪਾਵਰ ਆਫ ਨਾਊ ਹੋਗੀ ਥਿੰਕ ਐਂਡ ਗਰੋ ਰਿਚ ਵਾਲੀ ਬੁੱਕ ਹੋਗੀ ਐਂਡ ਮੈਨੀ ਮੋਰ ਅਤੇ ਇਦਾਂ ਨਹੀਂ ਹੋਰ ਬਹੁਤ ਸਾਰੀਆਂ ਬੁਕਸ bye saying that these books can make you a spiritual person unne mainu kida keh ke books de layi ਪੜਨ ਲਈ ਸੁਜੈਸਟ ਕੀਤਾ ਸੀ ਉਹਨਾਂ ਮੈਨੂੰ ਇਹ ਕਿਹਾ ਵੀ ਇਹ ਬੁਕਸ ਨੇ ਨਾ ਜੋ ਉਹ ਤੈਨੂੰ ਕੀ ਇੱਕ ਸਪਿਰਚੁਅਲ ਟਾਈਪ ਦਾ ਪਰਸਨ ਬਣਾ ਦੇਣਗੇ ਬਿਕੋਜ਼ ਬਾਏ ਦੀ ਡੈਂਟ ਆਫ ਥੀਸ ਬੁਕਸ ਆਈ ਬਰਾਟ ਆਊਟ ਪੋਜ਼ਿਟਿਵ ਚੇਂਜ ਇਨ ਮਾਈ ਲਾਈਫ ਬਾਏ ਮੇਕਿੰਗ ਮਾਈ ਹੈਲਥ ਵੈਲਥ ਐਂਡ ਕੈਰੀਅਰ ਬੈਸਟ ਤੇ ਉਹਨੇ ਮੈਨੂੰ ਕਿਹਾ ਕਹਿੰਦੇ ਮੈਂ ਇਨਾ ਬੁਕਸ ਦੀ ਸਦਕਾ ਮੈਂ ਆਪਣੇ ਆਪ ਦੇ ਵਿੱਚ ਕੀ ਪੋਜ਼ਿਟਿਵ ਚੇਂਜ ਲੈ ਕੇ ਆਈਆਂ ਉਹ ਕਿਦਾਂ ਲੈ ਕੇ ਆਈਆਂ ਮੈਂ ਆਪਣੀ ਹੈਲਥ ਤੇ ਵੈਲਥ ਤੇ ਕੈਰੀਅਰ ਨੂੰ ਕੀਆ ਵਧੀਆ ਬਣਾ ਆ ਲਿਆ ਇਹਨਾਂ ਬੁੱਕਸ ਨੂੰ ਪੜ੍ਹ ਕੇ ਕਿਉਂਕਿ ਉਹਨਾਂ ਬੁੱਕਸ ਦੇ ਵਿੱਚ ਐਦਾਂ ਦੇ ਥਾਟਸ ਲਿਖੇ ਹੋਏ ਸੀ ਜਿਨ੍ਹਾਂ ਨੇ ਕੀ ਆ ਉਹਨੂੰ ਮੋਟੀਵੇਟ ਕਰ ਦਿੱਤਾ ਐਂਡ ਆਈ ਸਟਾਰਟਡ ਰੀਡਿੰਗ ਬੁੱਕਸ ਐਸ ਵੈਲ ਤੇ ਮੈਂ ਵੀ ਕੀ ਆ ਬੁੱਕਸ ਕੀ ਆ ਪੜ੍ਹਨੀ ਹੈ ਸਟਾਰਟ ਕਰ ਦਿੱਤੀਆਂ ਐਟ ਦਾ ਬਿਹੈਵਸਟ ਆਫ ਮਾਈ ਫਰੈਂਡ ਮੇਰੀ ਫਰੈਂਡ ਦੇ ਕਹਿਣ ਤੇ ਜਦੋਂ ਆਪਾਂ ਦੇ ਕਹਿਣ ਤੇ ਸੈਂਸ ਲਾਉਣੀ ਆ ਤਾਂ ਆਪਾਂ ਐਦਾਂ ਲਗਾ ਸਕਦੇ ਆ ਇਹ ਹੋ ਗਈਆਂ ਐਡਵਾਂਸ ਸਟਰਕਚਰਸ ਮੈਂ ਵੀ ਕੀਆ ਆਪਣੀ ਜਦੋਂ ਮੈਂ ਵੀ ਆਪਣੀ ਫਰੈਂਡ ਦੇ ਕਹਿਣ ਤੇ ਕੀ ਹੈ ਗਿਆ ਬੁੱਕਸ ਪੜ੍ਹਨੀਆਂ ਕਿ ਹੈ ਸਟਾਰਟ ਕਰ ਦਿੱਤੀਆਂ ਸੀਰੀਅਸਲੀ ਜੇ ਮੈਂ ਕਹਾ ਮੈਂ ਸਿንስ ਵੈਨ ਆਈ ਸਟਾਰਟਡ ਰੀਡਿੰਗ ਬੁੱਕਸ ਕੈਨ ਸੀਰੀਅਸਲੀ ਜਦੋਂ ਤੋਂ ਮੈਂ ਕੀ ਹੈ ਬੁੱਕਸ ਨੂੰ ਕੀ ਹੈ ਪੜ੍ਹਨਾ ਸ਼ੁਰੂ ਕਰ ਦਿੱਤਾ ਮਾਈ ਲਾਈਫ ਸਟਰੀਮ ਸੀਮਸ ਟੂ ਮੀ ਆ ਬੋਨ ਡਿਊ ਡਿਊ ਟੂ ਆਗਸ ਸੌਰੀ ਕਿਨੇ ਜੇ ਮੈਂ ਕਹਾਂ ਵੀ ਜਦੋਂ ਤੋਂ ਮੈਂ ਇਹ ਬੁੱਕਸ ਨੂੰ ਪੜਨਾ ਸ਼ੁਰੂ ਕੀਤਾ ਮੇਰੀ ਲਾਈਫ ਨਾ ਮੈਨੂੰ ਇੱਕ ਵਰਦਾਨ ਦੀ ਤਰ੍ਹਾਂ ਲੱਗੇ ਕਿਉਂ ਲੱਗੇ ਡਿਊ ਟੂ ਅਟਰੈਕਟਿਵ ਪੋਜ਼ਿਟਿਵ ਆਊਟਕਮਸ ਇਨ ਮਾਈ ਲਾਈਫ ਕਿਉਂਕਿ ਜਦੋਂ ਤੋਂ ਮੈਂ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ ਸੀ ਉਦੋਂ ਤੋਂ ਮੈਨੂੰ ਕੀ ਮੇਰੀ ਲਾਈਫ ਦੇ ਵਿੱਚ ਪੋਜ਼ਿਟਿਵ ਆਊਟਕਮਸ ਕੀ ਮੈਨੂੰ ਮਿਲਣ ਲੱਗ ਗਏ ਸੀ ਇਹ ਮੈਂ ਆਪਣੀ ਗੱਲ ਕਰੀ ਹੈ ਵੀ ਜਦੋਂ ਵੀ ਜੇ ਉਹਦੇ ਕਹਿਣ ਤੇ ਮੈਂ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ ਸੀ ਤਾਂ ਕੀ ਹੋਏਗਾ ਮੈਨੂੰ ਮੇਰੀ ਲਾਈਫ ਕੀ ਇੱਕ ਵਰਦਾਨ ਦੀ ਤਰ੍ਹਾਂ ਲੱਗਣ ਲੱਗੀ ਉਹ ਕਿਉਂ ਕਿਉਂਕਿ ਮੈਂ ਕੀ ਕੀਤਾ ਆਪਣੀ ਲਾਈਫ ਦੇ ਵਿੱਚ ਪੋਜ਼ਿਟਿਵ ਦੇ ਟਿਬਾ ਆਊਟਕਮਸ ਨੂੰ ਕੀ ਹੈ ਅਟਰੈਕਟ ਕਰ ਲਿਆ ਸੀਗਾ ਪੋਜ਼ਿਟਿਵ ਨਤੀਜੇ ਕੀ ਹੈ ਮੈਨੂੰ ਵੇਖਣ ਨੂੰ ਮਿਲੇ ਸੀ ਮੇਰੀ ਲਾਈਫ ਦੇ ਵਿੱਚ ਨਾਓ ਦਾ ਕੁਐਸਚਨ ਅਰਾਈਜ਼ਸ ਦੈਟ ਵਾਈ ਸ਼ੀ ਲਾਈਕਸ ਟੂ ਰੀਡ ਅ ਲੋਟ ਹੁਣ ਸਵਾਲ ਇਹ ਉੱਠਦਾ ਕਿਉਂ ਉਹ ਪੜਨਾ ਕਿਉਂ ਉਹ ਜ਼ਿਆਦਾ ਪੜਨਾ ਪਸੰਦ ਕਰਦੀ ਹੈ ਦਾ ਮੇਨ ਰੀਜ਼ਨ ਬਿਹਾਈਂਡ ਇਟ ਇਜ਼ ਦੈਟ ਇਹਦੇ ਪਿੱਛੇ ਦਾ ਮੇਨ ਕਾਰਨ ਇਹ ਹੈ 1 ਸੈਕਿੰਡ 8 ਲਗਾ ਲਉ ਕਿ ਵਾਂਟਸ ਟੂ ਗੇਨ ਮੋਰ ਐਂਡ ਮੋਰ ਨੋਲੇਜ ਉਹ ਕੀ ਹੈ ਬਹੁਤ ਹੀ ਜ਼ਿਆਦਾ ਨੋਲੇਜ ਕੀ ਗੇਨ ਕਰਨਾ ਚਾਹੁੰਦੀ ਹੈ ਐਂਡ ਵਾਂਸ ਟੂ ਸੀ ਕਨਫੀਡੈਂਸਡ ਥੈਟ ਬੁక్స్ ਹੈਲਪ ਟੂ ਚੇਂਜ ਪੀਪਲਸ ਲਾਈਫ ਬਾਈ ਲੀਡਿੰਗ in positive direction ਉਹਨੇ ਇੱਕ ਵਾਰੀ ਇਹ ਵੀ ਕਿਹਾ ਕਿ ਵੀ ਮੰਨਿਆ ਕਿ ਵੀ ਜਿਹੜੀਆਂ ਬੁੱਕਸ ਨੇ ਹੈਗੀਆਂ ਉਹ ਹੈਲਪ ਕਰਦੀਆਂ ਨੇਗੀਆਂ ਲੋਕਾਂ ਦੀ ਲਾਈਫ ਨੂੰ ਬਦਲਦੇ ਵਿੱਚ ਕਿਦਾਂ ਲੋਕਾਂ ਨੂੰ ਕੀ ਹੈਗਾ ਲੀਡ ਕਰਦੀਆਂ ਨੇ ਪੋਜ਼ੀਟਿਵ ਡਾਇਰੈਕਸ਼ਨ ਦੇ ਵਿੱਚ ਐਸ देयर आर ਵੈਰੀਅਸ ਬੁੱਕਸ ਵਿਚ ਆਰ ਲਾਈਫ ਚੇਂਜਿੰਗ ਕਿਉਂ ਕਿਉਂਕਿ ਇੱਥੇ ਬਹੁਤ ਸਾਰੀਆਂ ਜਿਹੀਆਂ ਬੁੱਕਸ ਨੇ ਗਿਆ ਜੋ ਕਿ ਇਹ ਲਾਈਫ ਨੂੰ ਚੇਂਜ ਕਰਨ ਵਾਲੀਆਂ ਨੇ ਦੇਅਰਫੋਰ ਸ਼ੀ ਇਜ਼ ਇਨ ਦਾ ਹੈਬਿਟ ਆਫ ਰੀਡਿੰਗ ਬੁੱਕਸ ਇਸ ਕਰਕੇ ਉਸ ਨੂੰ ਕੀ ਹੈ ਬੁੱਕਸ ਪੜਨ ਦੀ ਕੀ ਆ ਆਦਤ ਹੈ ਆਨ ਦਾ ਹੋਲ ਮਤਲਬ ਕੁੱਲ ਮਿਲਾ ਕੇ ਮਾਈ ਫਰੈਂਡ ਪੁਸ਼ਪਿੰਦਰ ਇਜ਼ ਥੈਟ ਪਰਸਨ ਹੂ ਲਵਸ ਟੂ ਰੀਡ ਲਾਟਸ ਆਫ ਬੁੱਕਸ ਟੂ ਗੈਟ ਨੋਲੇਜ ਐਂਡ ਬੀ ਮੋਟੀਵੇਟਡ ਕਹਿੰਦੇ ਕੁੱਲ ਮਿਲਾ ਕੇ ਮੇਰੀ ਫਰੈਂਡ ਪੁਸ਼ਪਿੰਦਰ ਉਹ ਪਰਸਨ ਹੈ ਜਿਸ ਨੇ ਜਿਸ ਨੂੰ ਕੀ ਹੈ ਬਹੁਤ ਸਾਰੀਆਂ ਬੁੱਕਸ ਪੜਨ ਨੀਆਂ ਵਧੀਆ ਲੱਗਦੀਆਂ ਨੇ ਗਿਆ ਕਾਰੇ ਵਾਸਤੇ ਪੜਨੀਆਂ ਵਧੀਆ ਲੱਗਦੀਆਂ ਨੇ ਗਿਆ ਨੋਲੇਜ ਨੂੰ ਗੈਟ ਕਰਨ ਵਾਸਤੇ ਤੇ ਹਮੇਸ਼ਾ ਮੋਟੀਵੇਟਡ ਰਹਿਣ ਦੇ ਲਈ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਇਹ ਕੰਟੈਂਟ ਵਧੀਆ ਲੱਗਿਆ ਹੋਣਾ ਜੇਕਰ ਤੁਹਾਨੂੰ ਮੇਰਾ ਇਹ ਕੰਟੈਂਟ ਵਧੀਆ ਲੱਗਿਆ ਪਲੀਜ਼ ਸਪੋਰਟ ਮਾਈ ਚੈਨਲ ਕਾਈਂਡਲੀ ਸਬਸਕ੍ਰਾਈਬ ਇਟ ਲਾਈਕ ਇਟ ਸ਼ੇਅਰ ਇਟ ਐਂਡ ਮਸਟ ਵਾਚ ਇਟ ਪ੍ਰੋਪਰਲੀ ਟੂ ਅਬਜ਼ਰਵ ਵੇਰੀਅਸ ਕਾਈਂਡ ਆਫ ਸੈਂਟੈਂਸ ਫਾਰਮੇਸ਼ਨਸ ਵਿਚ ਆਰ ਮੇਡ ਬਾਈ ਮੀ ਥੈਂਕਸ ਫॉर ਵਾਚਿੰਗ ਐਂਡ ਸਟੇ ਟਿਊਨਡ ਫਾਰ ਮੋਰ ਅਪਡੇਟਸ ਬਾਏ ਬਾਏ